स्वागत गल्लबात दे रोमांचक गोपू कुल्लड़ कपड़ा वाला गोपू नहीं ए गोपू गोपी रामगढ़िया नहीं गोपी खापर खेड़ी वाला सीरीज है वैच पहला भी आया एक दो रोमांचिक आहो गल्लबात रोमांचिक पर शुरू करिए ए बहुत रिप्लाई करता सीधा एक होगा नंबर भेज हो आपका ले तू तो जज लगे तैनू नंबर दो आओ ए कुत्तियां रिप्लाई करना आया कुत्तियां रिप्लाई ये की मतलब होया समझ नहीं आती चली की जाता कुछ कुत्तियां साढ़े वालों रिप्लाई ताडे वालों किन्ने जाने तुसी गोपी हैशटैग टाइटल च हैशटैग मारी जाता माँ का पुत तेरा भला हो जाए जल्दी मीटअप अच्छा दीपे ना मिलेगा वाहगुरु मेहर करे चलो हाँ नाइस दिस वाज नाइस या दिस इट्स नॉट न्यू हुडी इट्स ऑल द क्लोथ्स बट दैट्स व्हाई आई एम वेयरिंग दिस हुडी सो इट्स नॉट अ गैप इट्स टेनिस आई डोंट नो व्हाट की लिखे थे रेडर टेनिस आओ गल्लां बातां रोमांचक करन शुरू करिए बस मेरी आईलेट्स पूरी होगी मेरी भी बस मेरे भी 9 चो 15 बैठ आ गए सो हाँ तेरे डाई कहते हैं कुत्तियां नूं रिप्लाई करने विचे दी मथड़ दी फोटो ला रखी आपदे नाल कुत्ता इह है कि कोई होर है ਕਿਹੜੇ ਕੁੱਤੇ ਆ ਜਿਹੜੇ ਵਲੋਗ ਪਾਉਂਦੇ ਆ ਕੁੱਤਿਆਂ ਨੂੰ ਰਿਪਲਾਈ ਚਲ ਬੰਦਿਆਂ ਨੂੰ ਤਾਂ ਕਰਨਾ ਨਹੀਂ ਕੁੱਤਿਆਂ ਨੂੰ ਹੀ ਕਰੇਗਾ ਆਓ ਸ਼ੁਰੂ ਕਰੀਏ ਆਹ ਕਿਵੇਂ ਸ਼ੁਰੂ ਹੋਈ ਜਾਂਦੀ ਤੇਰੀ ਵੀਡੀਓ ਜੀ ਕੀ ਗੱਲ ਫਾਸਟ ਐਂਡ ਫਿਊਰੀਅਸ 11 ਕਿ 12 ਟਾਈਮਰ ਤਾਂ ਚਲਾਇਆ ਜਾਂ ਬੰਬ ਫਟਣ ਲੱਗਿਆ ਹੁੰਦਾ ਦੱਸ ਇੱਕ ਤਾਂ ਸਟਰੀਕਾਂ ਵਾਲਿਆਂ ਲਹੂ ਪੀ ਖੜਿਆ ਸਨੈਪਚੈਟ 'ਤੇ ਸਾਲਾ ਜਦੋਂ ਰੋਮਾਂਚਿਕ ਸ਼ੂਟ ਕਰੋ ਉਹਦੇ ਸਟਰੀਕ ਆਉਣੀ ਹੁੰਦੀ ਵਿੱਚ ਕਿਸੇ ਦੀ ਇਹ ਵੀ ਇਕੱਲਾ ਕੰਮ ਮਾਈ ਡੇਲੀ ਵਲੌਗ ਲੈ ਕਰ ਸ਼ੁਰੂ ਭਰਾਵਾ ਫਿਰ ਡੇਲੀ ਵਲੌਗ ਆ ਤੇਰਾ ਵੇਖੀ ਕੀ ਕਰਦਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਮਾਈ ਮਾਈ ਯੂਟਿਊਬ ਚੈਨਲ ਉਹ ਜਿਹੜਾ ਉਹ ਐਡੀਟਿੰਗ ਕਰਨ ਵਾਸਤੇ ਰੱਖਿਆ ਹੋਇਆ ਇਹ ਤੁਹਾਡਾ ਯੂਟਿਊਬ ਚੈਨਲ ਆ ਇਹ ਬਹੁਤ ਤੇਜ਼ ਆ ਭਰਾਵਾ ਇਹਦੇ ਮੈਂ ਵਲੌਗ ਵੇਖੇ ਸ਼੍ਰੀਨਗਰ ਵਾਲੇ ਉਹ ਤੇਰਾ ਭਲਾ ਹੋ ਜਾਏ ਬਾਵੇ ਨਾ ਘੁੰਮਣ ਗਏ ਜਦੋਂ ਇੱਕ ਤਾਂ ਹੁੰਦਾ ਲੜਨਾ ਉਸ ਤੋਂ ਬਾਅਦ ਹੁੰਦਾ ਗਲ ਪੈਣਾ ਉਸ ਤੋਂ ਬਾਅਦ ਹੁੰਦਾ ਵੱਢ ਕੇ ਖਾਣਾ ਗੋਪੀ ਤੈਨੂੰ ਖਾ ਜਾਂਦੀ ਹੈ ਯਾਰ ਇਹ ਤਾਂ ਵਿਚਾਰੀ ਵਿਚਾਰੀ ਕਿੱਥੋਂ ਗੋਪੀ ਵਿਚਾਰਾ ਹੈ ਬਾਈ ਯਾਰ ਸੀਨ ਕੱਟਿਆ ਕਰੋ ਤੁਸੀਂ ਹੈ ਨਾ ਉਹ ਵੀ ਜੀ ਗੱਲ ਹੈ ਕਿਸੇ ਦੇ ਰੰਗ ਰੂਪ ਬਾਹਰ ਆ ਜਾਂਦੇ ਆ ਕਿਸੇ ਦੇ ਨਹੀਂ ਆਉਂਦੇ ਪਰ ਤੁਸੀਂ ਕਮ ਸੇ ਕਮ ਐਡੀਟਿੰਗ ਕਰਨ ਲੱਗੇ ਸੀਨ ਤਾਂ ਕੱਟ ਦਿਆ ਕਰੋ ਜਾਂ ਸਾਹਮਣੇ ਲੈ ਕੱਪੜ ਨਾਲ ਘੁੰਮਣ ਜਾਂਦੇ ਨੂੰ ਆਖ ਤੇ ਦਿਓ ਕਰੋ ਭਰਾਵਾ ਸਾਡੇ ਲੜਾਈ ਵਾਲੇ ਸੀਨ ਨਾ ਆਪਾਂ ਉਹ ਬਾਬਾ ਸਾਰੇ ਸੀਨ ਪਾਈ ਗਏ ਇਹਨਾਂ ਦੇ ਗੋਪੂ ਕੀ ਐਂ ਬੋਲਦੀ ਸੀਗੀ ਦੱਸ ਲੈ ਇਹਦਾ ਵੱਸ ਨਹੀਂ ਚੱਲਦਾ ਇਹ ਤਾਂ ਤਲਵਾਰਾਂ ਚੱਕ ਲਏ ਅੱਛਾ ਮਾਈ ਯੂਟਿਊਬ ਚੈਨਲ ਤੇਰਾ ਹੋ ਗਿਆ ਚਲੋ अपनी मॉर्निंग कदों दी होई है इधर तां 12 बजे रोमांचिक प्रोग्राम शूट होई जांदा चल दे रिप्लाई किनू देना इधर गोपू खांदे पे आ रोटी अपना 150 हार्ड चैलेंज पूरा भी हो गया 75 हार्ड शुरू किया किसी ने पता ही नहीं कई लोग आखते भाई दिन च दो रोमांचिक प्रोग्राम पाया कर ओए पौन नूं मैं पा दां ਪਰ ਨਾ ਉਹ ਮਜ਼ਾ ਨਹੀਂ ਰਹਿੰਦਾ ਜਿਹੜਾ ਡੀਕਦੇ ਹੋ ਸ਼ਾਮ ਦੇ 6 ਵਜੇ ਤਾਈਂ ਹੈ ਨਾ ਆਇਆ ਨਹੀਂ ਨਾਲ ਦਿਨ ਆ ਜਾਂਦਾ ਫਿਰ ਹਾਂ ਉਹ ਮਜ਼ਾ ਖਤਮ ਹੋ ਜਾਂਦਾ ਫਿਰ ਤਾਂ ਨਹੀਂ ਪਾਉਂਦਾ ਰੋਮਾਂਚਿਕ ਨਹੀਂ ਤਾਂ ਰੋਮਾਂਚਿਕ ਪ੍ਰਾਉਣ ਨੂੰ ਤਾਂ ਦੀਪੇ ਦੇ ਦੋ ਵਲੋਗ ਤਾਂ ਦਿਹਾੜੀ ਦੇ ਉਹਦੇ ਹੀ ਆਉਂਦੇ ਆ ਹੋਰ ਬਥੇਰੇ 5 ਮੈਂ ਹੋਰ ਲਪੇਟ ਲਾਂ ਚਲੋ ਤੇ ਚਾਚੀ ਨੂੰ ਅੱਛਾ ਪੰਜ ਚੱਲੇ ਘਰ ਤਾਂ ਹੈਗਾ ਕਿੱਥੇ ਤੂੰ ਕੁਝ ਵੀ ਕਰਦਾ ਤਾਂ ਮੇਰਾ ਇਹ ਕੀ ਬੋਲਦਾ ਨਾ ਮੇਰਾ ਹੂੰ ਤੇ ਮੈਂ ਸੂਟ ਦੇ ਕੱਟਣ ਚੱਲ ਤੂੰ ਵੀ ਦੀਮ ਥਾੜੂ ਵਾਂਗੂ ਪਾਉਣਾ ਹੈਗੇ ਸੂਟਾਂ ਵਾਲੇ ਵਲੌਗ ਹੀ ਹੁੰਦੇ ਆ ਹਾਂਜੀ ਕਿਦਾਂ ਬਾਪੂ ਫੋਨੇ ਹਾਂਜੀ ਬਾਪੂ ਨਿਊਜ਼ੀਲੈਂਡ ਤੋਂ ਆਇਆ ਤੇ ਲਿਆ ਜੀ ਤੇ ਨਾਲਾ ਸਤਿ ਸ਼੍ਰੀ ਅਕਾਲ ਸੂਜੀ ਬਣਾਓ ਚਲੋ ਤੇ ਵਧੀਆ ਜੀ ਬੱਚਾ ਹੁਣੇ ਇੱਕ ਤੇਰਾ ਸੂਟ ਕੱਟਤਾ ਤੇ ਇੱਕ ਹੋਰ ਮੈਂ ਆ ਸੁੰਦਰ ਵੀ ਦੀ ਚੱਕੀ ਤੇ ਆ ਮੈਂ ਆ ਕੀ ਕੱਟ ਪੀਸ ਜੇ ਇਹ ਤਾਂ ਤੂਲ ਵਾਲੇ ਕੱਪੜੇ 'ਚ ਨਹੀਂ ਇੰਨਾ ਕੱਟ ਹੁੰਦਾ ਜਿੰਨਾ ਤੂੰ ਵਲੌਗ 'ਚ ਪਾ ਰੱਖਿਆ ਪਹਿਲਾਂ ਤੇਰੀ ਘਰ ਵਾਲੀ ਸੀ ਤੂੰ ਪਤਾ ਨਹੀਂ ਕਦੋਂ ਆ ਗਿਆ ਫਿਰ ਤੂੰ ਬਾਪੂ ਸ਼੍ਰੀ ਨੂੰ ਹੈਲੋ ਫਿਰ ਮਾਤਾ ਸ਼੍ਰੀ ਉਦੋਂ ਬਾਅਦ ਚੱਕੀ ਉਦੋਂ ਬਾਅਦ ਸੂਟ ਕੱਟਦੇ ਪਤਾ ਨਹੀਂ ਕਿੱਥੇ ਪਹੁੰਚ ਗਏ ਉਦੋਂ ਬਾਅਦ ਚੱਕੀ 'ਤੇ ਪਹੁੰਚ ਗਏ ਇਹ ਕੀ ਬੁਝਾਰਤਾਂ ਕਿ ਵਲੌਗ ਹੈ ਜੇ ਤਾਂ ਅਸੀਂ ਗੈਸ ਕਰੀਏ ਕਿਹੜੀ ਲੋਕੇਸ਼ਨ ਕਿਹੜੀ ਤੇਰੀ ਇਹ ਆਹ ਕੀ ਕਰੀ ਜਾਂਦਾ ਕੁੱਤਿਆਂ ਨੂੰ ਰਿਪਲਾਈ ਨਹੀਂ ਕਰੂੰ ਪਹਿਲਾਂ ਕੋਈ ਮਰਜ਼ੀ ਬ੍ਰਾਂਡ ਹੋਵੇ ਕੋਈ ਮਰਜ਼ੀ ਬ੍ਰਾਂਡ ਹੋਵੇ ਉਹ ਟੀ ਸ਼ਰਟ ਲਾਂਚ ਕਰੇ ਕੋਈ ਪੈਂਟ ਲਾਂਚ ਕਰੇ ਬੂਟ ਲਾਂਚ ਕਰੇ ਉਹਨਾਂ ਨੇ ਹਲੇ ਸਟੋਰੀ ਪਾਈ ਹੁੰਦੀ ਹੈ ਲਾਂਚ ਕਰਨ ਦੀ ਇੱਧਰ ਕਾਪੀਆਂ ਪਹਿਲਾਂ ਆ ਜਾਂਦੀਆਂ ਚਲੋ ਅਮੀਰੀ ਤਾਂ ਵੀ ਪਾ ਲੈਂਦੇ ਹੋ ਗਾਣੇ 'ਚ ਆਖਿਆ ਸੀ ਉਦੋਂ ਬਾਅਦ ਮੈਂ ਕਹਿੰਦਾ ਅਮੀਰੀ ਦੀਆਂ ਟੀ ਸ਼ਰਟ ਇੰਨੀਆਂ ਆਈਆਂ ਗੇੜਾ ਹੀ ਦੇਤਾ ਪਰ ਜਿਹੜੀ ਮੇਰੇ ਕੋਲ ਆ ਉਹ ਵੀ ਫੇਕ ਹੀ ਹੈ
ਹੋਰ ਕੀ ਸਾਲਿਆ, ਕਣਕ ਤੁਸੀਂ ਡੀਪੂ 'ਤੇ ਲੈਂਦੇ ਹੋ, ਮੇਰੀ ਟੀ ਸ਼ਰਟ ਰੀ ਨਾ ਪਾਈ ਖੜਾ, ਨਹੀਂ ਜਿਸ ਫਸਟ ਕਾਪੀ ਉਹ ਜਮਾਂ ਡੁਪਲੀਕੇਟ ਨਹੀਂ ਗੀ, 250 ਵਾਲੀ ਨਹੀਂ ਗੀ, 650 ਮੁੰਡੇ ਚੱਲੇ ਵੀ ਬੈਟਬਾਲ ਖੇਡਣ, ਮੈਚ ਹੋਇਆ ਕਿੱਥੇ ਚੱਲੇ ਆ, ਨਹੀਂ ਮੈਚ ਹੈ ਕਿੱਥੇ ਆ, ਬੈਟਬਾਲ ਮੰਡੇ ਕੌਣ ਕੌਣ ਇੰਦਰ ਜੀ ਨਿੱਕੂ ਪਿੰਡਾ ਵੀ ਵਲੌਗ ਨੀ ਭਾਜੀ ਇਹ, ਕੱਟ ਪੀਸ ਕੱਟ ਪੀਸ, ਇਹ ਵੀ ਆਖਦੇ ਨੇ ਕਿੱਧਰ ਵਲੌਗ ਬਣਾਈ ਜਾਂਦਾ ਇਹ, ਸਾਨੂੰ ਨਾ ਫੇਮਸ ਕਰ ਭਰਾਵਾ, ਅਸੀਂ ਮੈਚ ਵੀ ਖੇਡਣਾ ਹੁੰਦਾ, ਸਾਡੀ ਬੇਇੱਜ਼ਤੀ ਕਰਾਂਗੇ ਕਿਤੇ ਹੋਰ, ਚਲੋ ਦੀਪ ਮਾਰ ਮੁੰਡੇ ਚੱਲੇ ਆ, ਇੱਛਾ ਵਾਲਾ ਕੀ ਇਹਦੇ 'ਚ ਚੱਲੇ, ਚੱਲ ਤੂੰ ਜਾਣਾ ਕਿ ਨਹੀਂ ਜਾਣਾ, ਚਲੋ ਚਲ ਚਲੋ ਚਲ ਚਲ ਜਾ 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 ਜਾ, ਓ ਇਹਨੂੰ ਵੀ ਲੈ ਜਾ ਵੱਡਿਆ, ਚਾਚਾ ਇਹਨੂੰ ਵੀ ਲੈ ਜਾ, ਉਹਨਾਂ ਦੀ ਵੀਡੀਓ ਬਣਾ ਕੇ ਪਾਈ ਜਾਂਦਾ, ਲੈ ਜੂਗਾ ਚੰਗਾ ਚੰਗਾ ਚੰਗਾ, ਤੇਰੇ ਜ਼ਿਆਦਾ ਨਹੀਂ ਪੱਥਰੀ ਦਾ ਦਰਦ ਹੋਈ ਜਾਂਦਾ, ਲੈ ਜਾ ਲੈ ਗਿਆ ਉਹਨੂੰ, ਤੂੰ ਜੇ ਮੈਚ ਖੇਡਣ ਜਾਣਾ ਤਾਂ ਤੂੰ ਵੀਡੀਓ ਬਣਾ ਕੇ ਪਾ, ਜੇ ਤੂੰ ਨਹੀਂ ਜਾਣ ਕੀ ਕਰੀ, ਇੰਨਾ ਮੈਚ ਖੇਡਣ ਚੱਲੇ ਆ ਤਾਂ ਤੂੰ ਨਹੀਂ ਜਾਂਦਾ, ਕੀ ਗੱਲ ਤੇਰੀ ਤੇਰੀ, ਇੱਕ ਤਾਂ ਆਪਦੀ ਘਰ ਦੀ ਨੂੰ ਕਹੀ ਨਾਲ ਦੀ, ਤੇਰੇ ਨਾਲ ਦੀ ਤੇਰੇ ਵਾਲੀ ਤੇਰੇ ਨਾਲ ਦੀ, ਲੈ ਨਾਲ ਦੀ ਨਾ ਕਿਤੇ ਹੋ ਗਈ, ਹੋਰ ਓਕੇ ਬਾਬਾ ਏ ਲੈ ਗੋ ਵੀ ਵਧੀਆ ਹੀ ਹੁੰਦਾ, ਹੁਣ ਇਹਨਾਂ ਆਖਿਓ ਆਟੇ ਨੂੰ ਗੋਹਾ ਆਖਤਾ, ਪਟਾਕੇ ਚੱਲੀ ਜਾਂਦੇ ਹੋਏ, ਵਾਹ ਜੀ ਵਧਾਈਆਂ ਸਾਰਿਆਂ ਨੂੰ ਭਾਈ, ਹੁਣ ਇਹ ਨਾ ਪੁੱਛੋ ਕਾਹਦੀਆਂ, ਚਲੋ ਜੈ ਸ਼੍ਰੀ ਰਾਮ, ਅੱਜ ਪਾਪਾ ਨੇ ਆਉਣਾ, ਚੱਲ ਠੀਕ ਆ, ਪਾਪਾ ਨੇ ਸ਼ਾਇਦ ਨਹੀਂ ਆਉਣਾ, ਅੱਛਾ ਤੇ ਚਲੋ ਫਿਰ ਅਸੀਂ ਕਰਦੇ ਹਾਂ, ਕੱਲ ਵਲੌਗ ਤਾਂ ਨਹੀਂ ਪਾਇਆ ਤੇ ਇਹਨੂੰ ਯਾਰ ਨਹੀਂ, ਉਹ ਵਿੱਚ ਨਾ ਸਿਰ ਆਹ ਕੁੱਕਰ ਆ ਕੇ ਬਾਲਟੀ ਤੇ ਡੰਡੀ ਲੱਗੀ ਆ, ਐਡਾ ਡੂੰਘਾ ਕੁੱਕਰ, ਉਹ ਭਰਾਵਾ ਤੇਰਾ ਭਲਾ ਹੋ ਜੇ, ਵਿੱਚ ਨਾ ਸਿੱਟ ਦੀ ਕੁੱਕਰ ਦੇ ਫੋਨ, ਕਿੱਥੇ ਯਾਰ ਅਪਲਾਈ ਕੁੱਤਿਆਂ ਨੂੰ, ਹੁਣ ਅਸੀਂ ਰੋਟੀ ਵੇਲ ਦੀ ਵੇਖੀ ਜਾਈਏ, ਓਏ ਮੈਨੂੰ ਕਪਲ ਵਲੋਗਰਾਂ ਤੋਂ ਕੋਈ ਤਕਲੀਫ ਨਹੀਂ, ਪਰ ਤੁਸੀਂ ਇੱਕ ਚੀਜ਼ ਤਾਂ ਵੇਖੋ, ਤੁਸੀਂ ਆਪਦੇ ਵਲੋਗ ਵੇਖਿਓ, ਤੁਸੀਂ ਕੀ ਸਾਰੀ ਤੇਰੀ ਜਨਾਨੀਆਂ ਵਿਖਾਉਂਦੇ ਰਹਿੰਦੇ ਹੋ ਯਾਰ, ਕੋਈ ਹੋਰ ਕੋਈ ਵਧੀਆ ਵਲੋਗ ਬਣਾ ਲਓ, ਕੋਈ ਚੈਲੰਜ ਖੇਡ ਲਓ ਜਿਹਦੇ 'ਚ ਤੁਸੀਂ ਵੀ ਹੋਵੋ, ਤੁਹਾਡੀ ਘਰਵਾਲੀ ਵੀ ਹੋਵੇ, ਘਰਵਾਲੀਆਂ ਤੋਂ ਪ੍ਰੋਬਲਮ ਨਹੀਂ ਹੈ ਸਾਨੂੰ, ਉਹਦੀ ਗੋਵੋ ਰੋਟੀ ਬਣਾਉਂਦੀ ਹੈ ਜੀ, ਆਹ ਵੇਖੋ ਤਿਆਰ ਹੁੰਦੀ ਪਈ ਆ, ਆਹ ਸੂਟ ਲੈਣ ਚੱਲੀ ਆ, ਆਹ ਚੁੰਨੀ ਡਾਈ ਕਰਤੀ ਆ, ਆਹ ਚੁੰਨੀ ਪਸੰਦ ਨਹੀਂ ਆਈ ਵਾਪਸ ਕਰਤੀ ਆ, ਚੁੰਨੀ ਵਾਲੇ ਭਾਈ ਕੀ ਹਾਲ ਹੈ, ਚੱਲ ਲਾੜੇ ਦੇ ਨਾਲ ਤੇਰਾ ਵਲੌਗ ਵੀ ਬਣਾਉਣਾ ਮੈਂ, ਬੋਲ ਬੋਲ ਬਾਈ, ਇਹ ਅੱਗੋਂ ਤੈਨੂੰ ਹੋਰ ਸੁਣਾਊਗੀ, ਮੈਂ ਸੋਰੀ ਮੰਗ ਲੈਣਾ ਤਾਂ ਬੋਲ, ਹਾਂ ਭਾਅ ਜੀ ਕੀ ਹੋ ਗਿਆ, ਅੱਛਾ ਨਹੀਂ ਨਹੀਂ ਭਾਅ ਜੀ ਐਂ ਨਾ ਕਰੋ, ਮੇਰੀ ਘਰ ਪਸੰਦ ਨਹੀਂ ਆਈ, ਹਾਂ ਕੀ ਤੂੰ ਕਹਿੰਦੀ ਆ, ਲੈ ਇਹ ਤਾਂ ਹੋਰ ਮੰਗੀ ਖੜੀਏ, ਦੋ ਰਹਿਣ ਦੇ, ਬੰਦ ਕਰ ਵਲੌਗ, ਕੀ ਹੈ ਦਿਮ ਥਾੜੂ ਦਾ ਫੋਨ ਆਇਆ ਤੈਨੂੰ, ਅੱਛਾ ਤੁਸੀਂ ਪੈਚਅਪ ਕਰਨ ਲੱਗੇ ਆ, ਉਦੋਂ ਤਾਂ ਰਿਪਲਾਈ ਕਰਨ ਲੱਗੇ, ਵੇਹਦੇ ਨੀ ਅਸੀਂ ਕਰਨਾ ਕੀ ਆ, ਅੱਛਾ ਹੁਣ ਪੈਚਅਪ ਕਰਨਾ, ਹਾਂ ਕੀ ਕਹਿੰਦਾ ਦਿਮ ਥਾੜੂ, ਅੱਛਾ ਉਹੀ ਕੁੱਤਾ, ਤੁਹਾਨੂੰ ਪਤਾ ਕਿਹਾ ਹੋਊਗਾ ਤੇ ਨਹੀਂ ਹੈਗੇ, ਤੇ ਮੈਡਮ ਨੇ ਫੋਨ ਕੀਤਾ ਵੀ ਮਨਪ੍ਰੀਤ ਦੀ ਮੈਡੀਸਿਨ ਲੈਣੀ, ਫਿਰ ਤਾਂ ਉਹਨੂੰ ਨਾ ਕਰਦੇ, ਫਿਰ ਉਹਨੂੰ ਕਿਹਾ ਵੀ ਦੋ ਦਿਨ ਬਾਅਦ ਆਈ, ਹਨਾ ਮਨਪ੍ਰੀਤ, ਤੇ ਫਿਰ ਉਹਨੇ ਆਉਣਾ ਮਦੀਪ ਮਟਾਰੂ ਨੇ, ਹੋਰ ਸੁਣਾ ਮੇਰਾ ਭਰਾ ਠੀਕ ਠਾਕ ਆ, ਮਟਾਰੂ ਇੱਥੇ ਕੀ ਲਾਈਵ ਵੀਡੀਓ ਕਾਲ 'ਤੇ ਬੈਠਾ ਤੇਰੇ ਨਾਲ, ਹੋਰ ਸੁਣਾ ਨੂੰ ਦੱਸ ਲੈ, ਜੇ ਤੂੰ ਗੱਲ ਕਰਨੀ ਹੈ ਫੋਨ ਕਰਕੇ ਕਰ ਲਾ ਆਪਦੀ, ਤਾਂ ਕੁੱਤੇ ਹਾਏ ਓ ਰੱਬਾ ਮੇਰੇ, ਵੀ ਗੁਰਲਾਲ ਬਾਵੇ ਦਾ ਭਰਾ ਹੀ ਹੈ, ਕੁੱਤਾ ਕੌਣ ਹੈ, ਦੀਪ ਮਥਾੜੂ ਜਾਂ ਤੇਰੇ 'ਚ ਕਲੇਸ਼ ਪਾਇਆ ਸੀ ਜਿਹਨਾਂ ਨੇ, ਉਹਨਾਂ ਨੇ ਜਾਂ ਐਵੇਂ ਕੁੱਤੇ ਲਿਖਤਾ ਸਾਡੇ ਵਰਗਾ ਰੋਮਾਂਚਿਕ ਬਣਾ, ਚੱਲ ਇਹਨਾਂ ਨੂੰ ਕਹਿ ਦੇ ਵਿੱਚ, ਚੱਲ ਚੱਲ, ਅੱਛਾ ਦੀਪ ਮਥਾੜੂ ਦਾ ਫੋਨ, ਹੋਰ ਸੁਣਾ ਮੇਰਾ ਭਰਾ, ਹੈਲੋ ਹੈਲੋ ਹੈਲੋ, ਮਾਮੀ ਮਾਮਾ ਤੇ
ओके नैक्सट टाइम मिल जी चाहे गांह मिल जी चाहे पछाँ मिल जी उन्हूं फोन ते आ खा कुछ एक तो गल्लां जिहड़ी रिप्लाई भी व्लॉगां च गल्लां भी व्लॉगां च लै तैनूं नहीं पता ठीक है कि नहीं ठीक ਉਹ ਸੰਦੀਪ ਤਾਂ ਬਿਮਾਰ ਹੋਈ ਪਈ ਉਹ ਤਾਂ ਪਤਾ ਨਹੀਂ ਲੈਂਦਾ ਤੂੰ ਉਹਦੇ ਤਾਂ ਪੱਥਰੀ ਦੇ ਟੀਕੇ ਲਵਾਉਂਦਾ ਫਿਰਦਾ ਅਗਲਾ ਬੇਅਕਲ ਬੰਦਾ ਹੋਈ ਜਿਹੜੇ ਲੋਕਾਂ ਨੇ ਮੱਚਣਾ ਮੱਚੀ ਜਾਣ ਦਾ ਕੋਈ ਚੱਕਰ ਨਹੀਂ ਹਨਾ ਮਨਪ੍ਰੀਤ ਹਨਾ ਮਨਪ੍ਰੀਤ ਮਨਪ੍ਰੀਤ ਤਾਂ ਚੋਰੀ ਹੋ ਕੇ ਪਹਿਲਾਂ ਬੋਲਦੀ ਹੁੰਦੀ ਸੀ ਉਹਨੂੰ ਦੀਪੇ ਨੂੰ ਇਹਨੇ ਤਾਂ ਅੱਧੀ ਅੱਗ ਲਾਈ ਸੀ ਉਹ ਭਰਾਵਾ ਇੰਨਾ ਵੀ ਬੰਦਾ ਨਾ ਘਰ ਵਾਲੀ ਸਿਰ 'ਤੇ ਡਿਪੈਂਡ ਹੋਵੇ ਬਸ ਬੰਦੇ ਨੂੰ ਕਮ ਸੇ ਕਮ ਆਪ ਨੂੰ ਤਾਂ ਪਤਾ ਹੋਵੇ ਨਾ ਰਿਪਲਾਈ ਕੀ ਕਰਨਾ ਮੈਂ ਕੀ ਬੋਲਾਂ ਇਹਨੂੰ ਆ ਮੈਨੂੰ ਗਾਲਾਂ ਕੱਢੇ ਇੰਨਾ ਦੱਸ ਕੀ ਬੋਲਾਂ ਬੋਲਾਂ ਕਿ ਨਾ ਬੋਲਾਂ ਰੁਸ਼ਟ ਕਰਦਾ ਤੂੰ ਤਾਂ ਘੱਟ ਬੋਲਦਾ ਮਨਪ੍ਰੀਤ ਜ਼ਿਆਦਾ ਬੋਲਦੀ ਸੀ ਇਹ ਪਤਾ ਨਹੀਂ ਕੀ ਚੱਲਿਆ ਜਾਂ ਤਾਂ ਤੁਸੀਂ ਡਿਸਾਈਡ ਕਰ ਲਿਆ ਕਰੋ ਵੀ ਘਰ ਵਾਲੀ ਵਿਖਾਉਣੀ ਹੈ ਜਾਂ ਨਹੀਂ ਵਿਖਾਉਣੀ ਹੈ ਬਾਅਦ 'ਚ ਉਹਦੇ ਮੂੰਹ 'ਤੇ ਮੋਜੀ ਜੇ ਲਾਲ ਲਾਲ ਘੋਈ ਜਾਣਗੇ ਪਹਿਲਾਂ ਜਦੋਂ ਇਹਦਾ ਵਿਆਹ ਹੋਇਆ ਉਦੋਂ ਘਰ ਵਾਲੀ ਵਿਖਾਈ ਨਹੀਂ ਬਾਅਦ 'ਚ ਮੋਜੀ ਲਾਲ ਲਾਲ ਘੋਈ ਗਿਆ ਫਿਰ ਇਹਨੂੰ ਪਤਾ ਲੱਗਿਆ ਵੀ ਐਂ ਕੰਮ ਨਹੀਂ ਚੱਲਣਾ ਆਈ ਜਾ ਹੁਣ ਮਨਪ੍ਰੀਤ ਕਹਿੰਦੀ ਹੈ ਵੈਲਕਮ ਟੂ ਮਾਈ ਯੂਟਿਊਬ ਚੈਨਲ ਗਾਇਜ਼ ਆਇਓ ਭਰਾਵਾ ਗਾਇਜ਼ ਹੀ ਨਾ ਸੁੱਤਰ ਆਏ ਤੁਹਾਡੇ ਮੈਨੂੰ ਭੁੱਖ ਲੱਗੀ ਨਾ ਤਾਂ ਕਰਕੇ ਫੁੱਲੀ ਹੈ ਨਾ ਵੀ ਮਨਪ੍ਰੀਤ ਦੀ ਰੋਟੀ ਨੀ ਆਟੇ ਦੀ ਰੋਟੀ ਓ ਮਨਪ੍ਰੀਤ ਦੀ ਰੋਟੀ ਮਨਪ੍ਰੀਤ ਦੇ ਹੱਥੋਂ ਬਣੀ ਰੋਟੀ ਫੁੱਲ ਗਈ ਹੁਣ ਅਸੀਂ ਫੁੱਲੀ ਰੋਟੀ 'ਤੇ ਕੀ ਸੂਈ ਮਾਰ ਕੇ ਫੂਕ ਕੱਢੀਏ ਉਹਦੀ ਕੀ ਕਰੀਏ ਅਸੀਂ ਆਇਓ ਭਰਾਵਾ ਮੇਰੇ ਆ ਤੂੰ ਸਹੀ ਤੈਨੂੰ ਗੁਰਲਾਲ ਬਾਬਾ ਸਹੀ ਟੱਕਰਿਆ ਉਹ ਤੇਰਾ ਸਹੀ ਬੇਲੀ ਹੈ ਜਮਾਂ ਉਹ ਵੀ ਆਈ ਹੈ ਇਹਨਾਂ ਨੇ ਮੈਂ ਅੱਧਾ ਪੌਣਾ ਘੰਟਾ ਪੱਗ ਦਿੱਤੀ ਨੂੰ ਆਉਂਦੀ ਹਾਂ ਅੱਧਾ ਘੰਟਾ ਫਿਰ ਠਹਿਰ ਜਾਓ ਅੱਧਾ ਘੰਟਾ ਮੈਂ ਫਿਰ ਆਇਆ ਫਿਰ ਆਉਂਦੇ ਆ ਅੱਧਾ ਘੰਟਾ ਠਹਿਰ ਜਾਓ ਕਰ ਦੂੰ ਮੇਰਾ ਭਰਾ ਸਿੱਧੀ ਇਹਨੂੰ ਮੈਂ ਘੰਟਾ ਹੋ ਗਿਆ ਪੈਸੇ ਦਿੱਤੇ ਨੂੰ ਮੈਨੂੰ ਪੈ ਗਿਆ ਭੁਲੇਖਾ ਨਾਈ ਨੇ ਮੈਂ 100 ਰੁਪਏ ਸੈਂਡ ਕੀਤਾ ਉਹ ਤਾਂ 100 ਰੁਪਏ ਲੈ ਲਿਆ ਤੇ ਇਹਨਾਂ ਨੇ ਮੈਂ ਜੇ ਉਹ ਤੋਂ ਪੈਸੇ ਲੈ ਲਈ ਤੇ ਮੈਂ ਸੋਰੀ ਮੈਨੂੰ ਭੁਲੇਖਾ ਪੈ ਗਿਆ ਸੋਰੀ ਯਾਰ ਹੁੰਦਾ ਹੀ ਆ ਯਾਰ ਭੁਲੇਖਾ ਪੈ ਹੀ ਜਾਂਦਾ ਬੰਦੇ ਨੂੰ ਤੇ ਹੁਣ ਤੁਹਾਨੂੰ ਪੈਸੇ ਹਾਂ ਪੈਸੇ ਆ ਗਏ ਭੁਲੇਖਾ ਮੈਂ ਠੀਕ ਆ ਫਿਰ ਮੇਰਾ ਭਰਾ ਆ ਮੇਰਾ ਭਰਾ ਓਏ ਵਲੌਗ ਪਾਉਣ ਵਾਲੇ ਆ ਤੁਹਾਨੂੰ ਭੁਲੇਖਾ ਪੈ ਗਿਆ ਪੈਸੇ ਕਿਸੇ ਹੋਰ ਨੂੰ ਚੱਲ ਗਏ ਤੁਹਾਨੂੰ ਆ ਗਏ ਨੇ ਪੈਸੇ ਕੀ ਤੂੰ ਪਰੂਫ ਰੱਖਦਾ ਮੇਰੇ ਹਿਸਾਬ ਨਾਲ ਇਹ ਸਾਰੀ ਦਿਹਾੜੀ 'ਚ ਪਰੂਫ ਇਕੱਠੇ ਕਰਦਾ ਹੋਣਾ ਮੈਂ ਕੀ ਕੀਤਾ ਜ਼ਿੰਦਗੀ 'ਚ ਕੀ ਨਹੀਂ ਕੀਤਾ ਉਹਨੂੰ ਕੱਟ ਕੇ ਵਲੌਗ ਦਾ ਨਾਂ ਦੇ ਦਿੰਦਾ ਹੋਣਾ ਇਹ ਆ ਭਰਾਵਾ ਲਿਖਿਆ ਤਾਂ ਆਏ ਸੀ ਪਤਾ ਨਹੀਂ ਕਿੱਡਾ ਕੀ ਯਾਰ ਦੇ ਨਾ ਖਰਾਬ ਹੋ ਜਾਣਗੇ 100 ਰੁਪਏ ਨੂੰ ਗੂਗਲ ਪੇ ਦਾ ਕੀਤਾ ਸੀ ਆਪਾਂ ਬਸ 100 ਰੁਪਏ ਦੇ ਦਈਏ ਬਸ ਨਹੀਂ ਨਹੀਂ ਵੀ ਦੇ ਦੇ ਜਿਹੜਾ ਬੰਦਾ ਤੇਰੇ ਦਾ ਬੰਦਾ ਮੈਂ ਪੈਸੇ ਭਰਾ ਦੇ ਦੇ 50 ਦੀ ਕੈਸ ਉਹ ਮੈਨੂੰ ਨਾ ਸੱਚੀ ਭੁਲੇਖਾ ਪੈ ਗਿਆ ਮੈਨੂੰ ਉਹ ਵੀ ਮੈਂ ਦਿੱਤਾ ਇਹਨੂੰ ਠੀਕ ਹੈ ਨਹੀਂ ਹਾਂ ਹਾਂ ਸਹੀ ਆਪਾਂ ਠੀਕ ਠਾਕ ਮੇਰਾ ਭਰਾ ਪੱਗ ਲੈਣ ਚੱਲੇ ਆ ਪੱਗ ਫੜਨੀ ਪੀਕੋ ਕਰਨੀ ਦਿੱਤੀ ਸੀ ਲੋਬੀ ਗਾਇਜ਼ ਪਹੁੰਚ ਗਿਆ ਬਾਈ ਹੋਣਾ ਕਹਿੰਦਾ ਬਾਈ ਨੇ ਆਪਣੇ ਭਰਾ ਚਲੋ ਹੋ ਗਿਆ ਆਪਣਾ ਚੱਲ ਚੰਗਾ ਵੀਰ ਮਿਲਦੇ ਆ ਫਿਰ ਚਲੋ ਆ ਚੱਲਦੇ ਘਰ ਦੇ ਐਂ ਵਲੌਗ ਬਣਾਈ ਦਾ ਹੁੰਦਾ ਕੀ ਕਦੇ ਮੈਨੂੰ ਸਮਝ ਨਹੀਂ ਆਉਂਦਾ ਤੂੰ ਕਿਹੜਾ ਪ੍ਰਾਈਵੇਟ ਜੈਟ ਰੱਖਿਆ ਪਤਾ ਨਹੀਂ ਕਿਹੜੇ ਵੇਲੇ ਲੈਂਡ ਹੋ ਜਾਂਦਾ ਤੂੰ ਤਾਂ ਸੁੱਤਾ ਮੈਕਸੀਕੋ ਕੋੜੇ ਉੱਠਾ ਤੁਰਕੀ ਮੈਕਸੀਕੋ ਕਿੱਥੇ ਰਹਿ ਗਿਆ ਤੁਰਕੀ ਕਿੱਥੇ ਰਹਿ ਗਿਆ ਸੋ ਕੇ ਉੱਠ ਕਿਵੇਂ ਗਿਆ ਕਦੇ ਨਾ ਦਹੀਂ ਆ ਦਿਮਾਗ ਦੀ ਇਹ ਵੀ ਜਾਣ ਕੇ ਸਾਰੇ ਮਿੰਨਾ ਵੱਜੋ ਵੀ ਨਾਲ ਦੀ ਮੇਰੇ ਮਾਣਾ ਕਦੇ ਹੁੰਦੇ ਤਾਂ ਤੁਹਾਡੀ ਲੱਤਾਂ ਤੋੜ ਦਾਂਗੇ ਫਲਾਂ ਕਰ ਦਾਂਗੇ ਤੁਹਾਡੇ ਕੋਲ ਹੈਗਾ ਨਾ ਮੇਰਾ ਫੋਨ ਨੰਬਰ ਆਹ ਕੌਣ ਹੈ ਲੱਤਾਂ ਤੋੜਨ ਵਾਲਾ ਤੇਰਾ ਕਲੇਸ਼ ਚੱਲਦਾ ਕਿਸੇ ਨਾਲ ਉਹ ਨਾਈਸ ਕੰਟਰੋਵਰਸੀ ਬ੍ਰਦਰ ਤੇਰਾ ਵੀ ਕਲੇਸ਼ ਇੱਕ ਤਾਂ ਨਾ ਸਮਝ ਨਹੀਂ ਆਉਂਦੀ ਕਹਿੰਦਾ ਮੇਰਾ ਫੋਨ ਨੰਬਰ ਹੈਗਾ ਲਾ ਲਓ ਫੋਨ ਮੈਂ ਤਾਂ ਕਦੇ ਨਹੀਂ ਆਖਿਆ ਮੇਰਾ ਫੋਨ ਨੰਬਰ ਹੈਗਾ ਜਿੰਨਾਂ ਕੋਲ ਹੈਗਾ ਉਹ ਡਿਲੀਟ ਮਾਰੋ ਮੈਨੂੰ ਨਾ ਫੋਨ ਕਰਿਆ ਕਰੋ ਮੈਨੂੰ ਨਾ ਮੈਸੇਜ ਕਰਿਆ ਕਰੋ ਜਿਹਨਾਂ ਕੋਲ ਮੇਰਾ ਫੋਨ ਹੈਗਾ ਉਹ ਆ ਕੇ ਵੱਜੋ ਮੇਰੇ ਵਿੱਚ ਤੇਰੇ ਵਿੱਚ ਵੱਜ ਤੂੰ ਕੀ ਪੱਥਰ ਆ ਦੱਸ ਆਣ ਕੇ ਸਿੱਧਾ ਮੈਂ ਦੱਸੂਗਾ ਫਿਰ ਹੁਣ ਆਪਣੀ ਮਾਂ ਦਾ ਕਮਾਉਂਦੀ ਪੁੱਤ ਦਾ ਕੁੜੀ ਆ ਦੇ ਦੱਲੇ ਇਹ ਕੀ ਗਾਲਾਂ ਕੱਢ ਤੇਰੇ ਤੇਰੇ ਸਹੁਰੇ ਤੇਰੇ ਵਲੌਗ ਨਹੀਂ ਵੇਖਦੇ ਉਹ ਆਖਦੇ ਨੇ ਵੀ ਇਹ ਕਿਹੋ ਜਿਹਾ ਜਵਾਈ ਸਾਡਾ ਗਾਲਾਂ ਕੱਢੀ ਜਾਂਦਾ ਇੱਥੇ ਦੱਲੇ ਕਹਿਣ ਨਾਲ ਕੀ ਹੋ ਜਾਂਦਾ ਹੋ ਮੇਰੇ ਨਾ ਰੋਮਾਂਚਿਕ ਪ੍ਰੋਗਰਾਮ ਵੇਖਣ ਵਾਲੇ ਨੂੰ ਰਿਕੁਐਸਟ ਹੈ ਇੱਕ ਜਿਹੜੇ ਮੈਂ ਰੋਸਟ ਪਾਉਣਾ ਤੁਸੀਂ ਨਾ ਵੇਖਿਆ ਕਰੋ ਮੈਂ ਨਹੀਂ ਕਹਿੰਦਾ ਵੀ ਰੋਸਟ ਵੇਖਿਆ ਕਰੋ ਮੇਰਾ ਕਦੇ ਕਦੇ ਜੀ ਕਰਦਾ ਰੋਸਟ ਮੈਂ ਇਹੋ ਜਿਹਾ ਕਰਾਂ ਕਿ ਬਲੇਟ ਹੀ ਦੇਵਾਂ ਫੜ ਕੇ ਗਾਲੋ ਗਾਲੀ ਫਿਰ ਮੇਰਾ ਜੀ ਕਰਦਾ ਵੀ ਜਿਹੜੇ ਰੋਮਾਂਚਿਕ ਫੈਮਲੀਆਂ ਵੇਖਦੀਆਂ ਕਈ ਵਾਰ ਉਹ ਐਲਈਡੀ 'ਤੇ ਲਾ ਕੇ ਬਹਿ ਜਾਂਦੇ ਰੋਸਟ ਲੈ ਹੁਣ ਮੈਂ ਕੀ ਕਰਾਂ ਮੈਨੂੰ ਰੋਸਟ ਵੀ ਹੁਣ ਰੋਮਾਂਚਿਕ ਵਾਂਗੂ ਬਣਾਉਣੇ ਪੈਂਦੇ ਆ ਫਿਰ
ਗਾਲਾਂ ਕਿਹਨੂੰ ਕੱਢੀ ਜਾਂਦਾ, ਨਾਂ ਲੈ ਕੇ ਦੱਸਿਆ ਕਰਕੇ ਇਹਨੂੰ ਗਾਲਾਂ ਕੱਢੀ ਜਾਂਦਾ, ਕੁੱਤਿਆਂ ਨੂੰ ਰਿਪਲਾਈ ਲੈ। ਹੁਣ ਕਿਹੜੇ ਗਲੀ ਵਾਲੇ ਕੁੱਤੇ ਆ ਕਿ ਬਜ਼ਾਰੀ ਕੁੱਤੇ, ਸਾਨੂੰ ਵੀ ਪਤਾ ਲੱਗੇ। ਕੁੱਤੇ ਤੇਰਾ ਵਲੌਗ ਦੇਖਦੇ ਤੇ ਭਰਾ ਠੰਡ ਚੜੀ ਜਾਂਦੀ ਆ। ਹਾਂ ਕੋਈ ਚੱਕਰ ਨੀ ਮੇਰਾ ਭਰਾ। ਪਤਾ ਕਿਉਂ ਇਹ ਗੱਲ ਮੈਂ ਦੱਸਦਾ, ਮਤਲਬ ਬਾਈ ਸਾਡੀ ਵੀ ਫੈਮਿਲੀ ਕੁਛ ਇੱਦਾਂ ਹੋਏ, ਫਿਰ ਵੀ ਆਪਾਂ ਵਰਤਣਾ ਤੇ ਕੋਈ ਸਮਝ ਤਾਂ ਲੱਗਦਾ ਨਹੀਂ ਕੀ ਬੋਲੀ ਜਾਂਦਾ। ਜਾਂ ਤਾਂ ਤੂੰ ਆਪ ਹੀ ਗਾਲਿਆ ਕਰ, ਜਾਂ ਮੂੰਹ 'ਚ ਬੋਲਿਆ ਕਰ, ਅਸੀਂ ਲਿਪਸਿੰਗ ਤੋਂ ਜੱਜ ਕਰ ਲਿਆ ਕਰਾਂ ਕੀ ਬੋਲੀ ਜਾਂਦਾ। ਮੈਂ ਇੱਕ ਚੀਜ਼ ਵੇਖੀ ਆ, ਦੇਖੋ ਯਾਰੀਆਂ ਤਾਂ ਬਥੇਰਿਆਂ ਦੀ ਟੁੱਟਦੀਆਂ ਸੋਸ਼ਲ ਮੀਡੀਆ 'ਤੇ, ਹੈ ਨਾ, ਬਥੇਰਾ ਕੁਛ ਹੁੰਦਾ, ਪਰ ਹਾਂ ਇੱਕ ਵਾਰੀ ਜਿਹੜੀ ਟੁੱਟ ਗਈ ਉਹ ਦੁਬਾਰਾ ਉਹੋ ਜਿਹੀ ਨਹੀਂ ਜੁੜਦੀ। ਫਿਰ ਵੀ ਮਨ 'ਚ ਗੱਲ ਰਹਿ ਹੀ ਜਾਂਦੀ ਹੈ, ਬੰਦਾ ਭਾਵੇਂ ਮਨ ਮਾਰ ਕੇ ਜੋੜ ਲਏ ਜਿਵੇਂ ਮਰਜ਼ੀ ਜੋੜ ਲਏ, ਇਹਨਾਂ ਦੀ ਗੱਲ ਨਹੀਂ ਕਰਦਾ, ਇਹ ਤਾਂ ਇੱਕੋ ਜਿਹੀ ਹੈ ਗੱਲ ਕਰਦਾ। ਚਾਹੇ ਬੰਦਾ ਮਨ ਮਾਰ ਕੇ ਜੋੜ ਲਏ ਜਿਵੇਂ ਮਰਜ਼ੀ, ਇਕੱਠੇ ਹੋ ਗਏ ਜੀ, ਯਾਰ ਮਿਲ ਗਏ, ਜੋ ਮਿਲ, ਉਹ ਕੋਈ ਯਾਰੀਆਂ ਯੂਰੀਆਂ ਨਹੀਂ, ਆਪਦਾ ਕੰਮ ਕਰਿਆ ਕਰੋ, ਇੰਜੋਏ ਕਰਿਆ ਕਰੋ ਜ਼ਿੰਦਗੀ ਨੂੰ। ਸਭ ਮਤਲਬ ਦੀਆਂ ਯਾਰੀਆਂ, ਪੈਸਾ ਤਾਂ ਸਭ ਕੋਲ ਹੈ ਜੀ, ਉਹ ਨਹੀਂ ਤਾਂ ਕੋਈ ਵੀ ਨਹੀਂ। ਚੱਲ ਹੁਣ ਦੀਪ ਮਥਾੜੂ ਨੂੰ ਰਿਪਲਾਈ ਕਰੀ ਜਾਂਦਾ ਕਿ ਕਹੀ ਨਾ ਕੇ ਮਿਲਣਾ ਮੈਨੂੰ, ਮੇਰੇ ਯਾਰ ਬਣ ਜਾ। ਜਿਹੜੇ ਆਪਾਂ ਜਿੰਨਾ ਤੱਕ ਹੈਗੇ ਆਪਾਂ ਵਰਤ ਲਈ ਯਾਰ, ਕੁਛ ਨਹੀਂ ਰੱਖਦਾ ਇਹ 'ਚ, ਲੜਾਈਆਂ ਝਗੜੀਆਂ 'ਚ ਇਹ ਸਾਰਿਆਂ ਨੇ ਕਹਿਣਾ ਫਿਰ ਤੂੰ ਇਕੱਠੇ ਹੋ ਗਏ ਭਰਾਵਾ। ਨਹੀਂ ਇਹ ਕਹਿੰਦਾ ਲੜਾਈਆਂ ਝਗੜਿਆਂ 'ਚ ਕੁਛ ਨਹੀਂ ਰੱਖਿਆ, ਤੁਹਾਨੂੰ ਨਹੀਂ ਸਮਝ ਆਈ ਹੋਣੀ, ਮੈਂ ਦੱਸ ਦਿੰਦਾ। ਜੇ ਲੜਾਈਆਂ ਝਗੜਿਆਂ 'ਚ ਕੁਛ ਨਹੀਂ ਰੱਖਿਆ, ਉਹ ਤਾਂ ਰਿਪਲਾਈ ਕਰਨ ਲੱਗਿਆ ਨਹੀਂ ਸੋਚਦਾ ਸੀ, ਹਜੇ ਵੀ ਤੇਰੇ ਰਿਪਲਾਈ ਪਏ ਹੋਣੇ ਆ। ਇਹ ਧਥਰਗੁਲੇ ਨਾਲ ਵੀ ਲੜ ਪਏ ਸੀ, ਉਹ ਗਲਤ ਸੀ, ਇਹ ਤਾਂ ਵਿਚਾਰ ਸਹੀ ਸੀ। ਆਂਟੀ ਦਾ ਸੁਭਾਅ ਵੈਸੇ ਬਹੁਤ ਵਧੀਆ, ਸੋ ਝੂਠ। ਚਲੋ ਉਹ ਵੀ ਦੱਸ ਮੁੱਦਾ ਕੀ ਉੱਠਿਆ ਤੇਰਾ। ਓਏ ਕੀ ਕਰੀ ਜਾਂਦਾ ਇਹ ਗੱਲਾਂ, ਕਿਹਦੇ ਨਾਲ ਮਾਰੀ ਜਾਂਦਾ, ਸਾਡੇ ਨਾਲ ਹੀ ਕਰੀ ਜਾਂਦਾ, ਮਤਲਬ ਵਲੌਗ 'ਚ ਕਰੀ ਜਾਂਦਾ ਲੋਕਾਂ ਨਾਲ ਗੱਲਾਂ, ਕਿ ਆਪਦਾ ਹੀ ਇਕੱਲਾ ਹੀ ਬੋਲੀ ਜਾਂਦਾ। ਉੱਥੇ ਕੈਮਰਾ ਲਾ ਕੇ ਰੱਖਤਾ, ਗੋਪੀ ਭਰਾ ਲੜਾਈ ਹੁੰਦੀ ਰਹਿੰਦੀ, ਕੋਈ ਗੱਲ ਨਹੀਂ, ਜੇ ਲੜਾਈ ਹੋ ਗਈ ਤਾਂ ਫਿਰ ਕੋਈ ਦਿੱਕਤ ਵਾਲੀ ਗੱਲ ਨਹੀਂ ਹੋਣੀ ਉਹਨਾਂ, ਅਤੇ ਆ ਚੱਲ ਮਤਲਬ ਮਿਲਿਆ ਜੀ ਠੀਕ, ਉੱਥੇ ਯਾਰ ਗੱਲ ਕੀਤੀ ਸੀ ਆਪਾਂ ਕੋਈ, ਅੱਛਾ ਕੈਮਰਾ ਚੱਲੀ ਨਾ, ਹਾਂ ਓਕੇ ਗਾਇਸ। ਨਹੀਂ ਜਦੋਂ ਸੰਦੀਪ ਭਾਬੀ ਉਲਟੀਆਂ ਕਰਦੀ ਫਿਰਦੀ ਸੀ, ਸੰਦੀਪ ਭਾਬੀ ਦੇ ਪੱਥਰ ਹੀ ਉਹ ਟੀਕੇ ਲਵਾਉਂਦਾ ਫਿਰਦਾ, ਉਦੋਂ ਤੂੰ ਪੁੱਛਿਆ ਨਹੀਂ, ਉਦੋਂ ਨਾ ਤੇਰੀ ਘਰਵਾਲੀ ਨੇ ਪੁੱਛਿਆ, ਰੱਬ ਨਾ ਚਾਹੇ ਹੋਰ ਤੁਸੀਂ ਕਿਸੇ ਨੇ ਭੋਗ ਪਵੇ ਉਦੋਂ ਇਕੱਠੇ ਹੋਵੋਗੇ। ਇਹੀ ਬੰਦਾ ਮਾੜੇ ਟਾਈਮ 'ਚ ਬੰਦਾ ਪੁੱਛਦਾ, ਹੁਣ ਪਤਾ ਨਹੀਂ ਇਹਨੂੰ ਲੋੜ ਪਈ ਆ ਉਹਦੀ ਕਿ ਉਹਨੂੰ ਇਹਦੀ ਲੋੜ ਪਈ ਆ, ਗੋਪੀ ਭਾ। ਚੱਲ ਗੋਪੀ ਭਾ ਵੀ ਮੇਰੇ, ਇਹ ਇਹਦਾ ਰਿਸ਼ਤੇਦਾਰ ਆ ਗੋਪੀ ਇਹਦਾ, ਕਿ ਉਹੀ ਬਸ ਵਿਹਲੀ ਸੀ, ਵਾਹਵਾ ਪੁਰਾਣੀ ਯਾਰੀ ਸੀ, ਬਸ ਵਿਆਹ ਦੇ ਨੇੜੇ ਜਾ ਕੇ ਟੁੱਟ ਗਏ, ਪਤਾ ਨਹੀਂ ਕੀ ਇਹਨਾਂ ਦੀ ਰੌਲਾ ਕੀ ਪਿਆ ਸੀਗਾ। ਲੈ ਦੀਪ ਮਥਾੜੂ ਨੇ ਤਾਂ ਉਹ ਵੀ ਕਰਤਾ ਵੀ ਕੋਲੀਪਾਂ ਲਾਉਂਦਾ ਸੀਗਾ, ਸੱਚੀ ਲਾਉਂਦਾ ਸੀ ਤੂੰ ਕਿ ਨਹੀਂ, ਮੈਂ ਤੈਨੂੰ ਕਹੀ ਨਹੀਂ ਨਾ ਤੂੰ ਲਾਉਣਾ, ਮੈਂ ਤਾਂ ਦੀਪ ਮਥਾੜੂ ਦੀ ਗੱਲ ਕਰੀ ਜਾਂਦਾ ਵੀ ਉਹ ਐਂ ਬੋਲਦਾ ਸੀਗਾ, ਉਹਦੇ ਵੀ ਵਲੌਗ ਪਏ ਹੋਣਗੇ ਇੱਥੇ ਨੈੱਟ 'ਤੇ। ਸੌ ਗੱਲਬਾਤ ਨੀ, ਘਰ ਨੂੰ ਪੁੱਛ ਕੇ ਫੋਨ ਚੱਕਦਾ ਅਗਲਾ, ਇਹਦੀ ਘਰ ਆਖ ਤਾਂ ਨਹੀਂ ਚੱਕਣਾ ਤਾਂ ਨਹੀਂ ਚੱਕਣਾ, ਵੱਢ ਦੂਗੀ ਅਗਲੀ ਕੰਮ। ਤੈਨੂੰ ਕਾਹਦਾ ਕੰਮ ਕਾਰ ਹੁੰਦਾ, ਵਲੌਗ ਹੀ ਤਾਂ ਬਣਾਉਣਾ ਹੁੰਦਾ ਤੂੰ। ਕੱਲ ਪਰਸੋਂ ਦੀ ਤੈਨੂੰ ਪਤਾ ਸਾਡੇ ਘਰ 'ਚ ਥੋੜ੍ਹੀ ਪਈ ਆ ਕ੍ਰੇਜ਼, ਕਿਸੇ ਗੱਲ ਪਤਾ ਜਿਹੜੇ ਵੀ ਜਿਨ੍ਹਾਂ ਨੇ ਆਪਣੇ ਫੇਕ ਪਵਾਈ ਆ ਉਹ ਤਾਂ ਪਤਾ ਹੀ ਆ ਸਾਰੇ, ਹੁਣ ਉਹ ਇਨਸਾਨਾਂ ਨੂੰ ਪਤਾ। ਚਲੋ ਕੋਈ ਨੀ, ਮੇਰਾ ਭਰਾ ਖੁਸ਼ ਹੈਗਾ, ਉਹ ਤਾਂ ਖੁਸ਼ ਹੀ ਆ ਅਗਲਾ। ਅੱਜ ਹੀ ਮੇਰਾ ਭਰਾ ਘਰ ਸਾਡੇ, ਇਹ ਵੀ ਫਿਰ ਆਪਣੇ ਘਰ ਤੇ ਜਦੋਂ ਮਤਲਬ ਨਿਪਟ ਲੱਗੇ ਆਪਾਂ ਜੋ ਲਾਈਫ ਦਾ ਕੁਛ ਵੀ ਕਰਦੇ ਹਾਂ ਆਪਾਂ, ਮੇਰਾ ਭਰਾ ਜੀ ਸਦਗੇ, ਕੋਈ ਚੱਕਰ ਵਾਲੀ ਗੱਲ ਨੀ। ਮੇਰਾ ਭਰਾ ਮਨਪ੍ਰੀਤ ਸਵੇਰ ਦੀ ਠੀਕ ਮਨਪ੍ਰੀਤ ਨੂੰ ਕੀ ਹੋਇਆ, ਸਵੇਰ ਦਾ ਤਾਂ ਵਲੌਗ ਆਉਣੇ ਸ਼ੁਰੂ ਕੀਤਾ, ਮਨਪ੍ਰੀਤ ਸਵੇਰ ਦੀ ਠੀਕ ਨਹੀਂ, ਮੈਨੂੰ ਸਮਝ ਨਹੀਂ ਆਉਂਦਾ ਉਦੋਂ ਤੁਸੀਂ ਬਿਮਾਰ ਹੋ ਜਾਂਦੇ ਹੋ। ਤੋਰੀ ਰੋਟੀ ਫੁਲਕਾ ਉਹਨੇ ਬਣਾਤਾ, ਤੋਰੀ ਫੁਲਕਾ ਲਾ ਲਓ, ਰੋਟੀ ਫੁਲਕਾ ਉਹਨੇ ਬਣਾਤਾ, ਸਾਰੇ ਕੰਮ ਉਹਨੇ ਕਰਤੇ, ਵਲੌਗ ਦੀ ਸਟਾਰਟਿੰਗ ਉਹਨੇ ਕਰਤੀ, ਹਾਲੇ ਮਨਪ੍ਰੀਤ ਠੀਕ ਨਹੀਂ। ਜੇ ਮਨਪ੍ਰੀਤ ਠੀਕ ਹੁੰਦੀ ਫਿਰ ਤਾਂ ਉਹਨੇ
ਹੁਣੇ ਝੋਨਾ ਲਾ ਦੇਣਾ ਸੀਗਾ ਕਣਕਾਂ 'ਚ ਹੀ। ਰੋਟੀ ਪਾਣੀ ਜਿਵੇਂ ਖਵਾ ਦਈਏ ਅਤੇ ਚਲੋ ਨਾਲ ਆਪਾਂ ਵੀ ਖਾ ਲੈਂਦੇ ਦੋ ਤਿੰਨ ਫੁਲਕੇ ਉਹਦੀ। ਜਿਹੜਾ ਤੇਰਾ ਇਸ਼ੂ ਚੱਲੀ ਜਾਂਦਾ ਤੂੰ ਉਹਨੂੰ ਦੱਸੇਗਾ ਕਿ ਨਹੀਂ ਦੱਸੇਗਾ ਕਿ ਐਂ ਬੋਰ ਹੀ ਕਰਨਾ। ਪਹਿਲਾਂ ਮੈਨੂੰ ਬਾਵਾ ਬੋਰੀਅਤ ਲੱਗਦਾ ਸੀ, ਹੁਣ ਉਹਦੇ ਨਾਲ ਜ਼ਿਆਦਾ ਤੂੰ ਹੈ। ਉਹ ਤਾਂ ਫਿਰ ਵੀ ਚਲੋ ਕੁੱਤੇ ਪਕਾਈ ਮਾਰ ਦਿੰਦਾ ਕੋਈ ਰਿਪਲਾਈ ਕਰਨ ਯੋਗ, ਤੈਨੂੰ ਤੇਰਾ ਤਾਂ ਸਮਝ ਨਹੀਂ ਆਉਂਦਾ ਵੀ ਕਰੀ ਕੀ ਜਾਂਦਾ ਤੂੰ। ਇਹ ਤਾਂ ਐਂ ਗੱਲ ਕਰੀ ਜਾਂਦਾ ਜਿਵੇਂ ਫੋਨ 'ਤੇ ਕਰੀ ਜਾਂਦਾ ਹੁੰਦਾ, ਉਹ ਪਰਲੇ ਪਾਸੇ ਬਲੂਟੁੱਥ ਤਾਂ ਲਾਈ ਬੈਠਾ ਕੰਨ 'ਚ ਕਿਤੇ। ਅਗਲੇ ਸਾਰੀ ਗੱਲ ਦੱਸ ਦੂੰ ਕੀ ਹੋਇਆ ਕੀ ਨਹੀਂ ਹੋਇਆ ਘਰ ਵਿੱਚ, ਸੌ ਗੱਲਾਂ ਬਾਅਦ ਤੁਹਾਨੂੰ ਪਤਾ ਚੱਲਦੀ ਹੁੰਦੀ ਆ। ਉਹ ਭਰਾਵਾ ਚੱਲਦੀਆਂ ਠੀਕ ਆ, ਹੁਣ ਛੱਡ ਖੁਸ਼ੀ। ਜਿਨ੍ਹਾਂ ਨੇ ਮਨ ਵਿੱਚ ਆਕੜਿਆ ਉਹ ਆਕੜ ਤੇ ਆਕੜ ਹੀ ਰਹਿਣੀ ਆ। ਕੋਈ ਕਹਿੰਦੇ ਵੀ ਸਾਡੇ ਹਿਸਾਬ ਨਾਲ ਚੱਲੋ, ਆਪਾਂ ਕਿਸੇ ਦੇ ਹਿਸਾਬ ਨਹੀਂ ਚੱਲਣਾ ਬਈ ਨਹੀਂ ਹੈਗਾ। ਠੀਕ ਆ, ਮਾਦਰੀ ਕਿਰਪਾ ਪਹਿਲੇ ਟਾਈਮ ਦੇ ਜਿਹੜੇ ਮਾੜੇ ਆ ਉਹਨੂੰ ਕਹਿੰਦੇ ਰਹੇ, ਹੁਣ ਬਾਬੇ ਦੇ ਚੰਗਾ ਸਮਾਂ ਆਇਆ ਤੇ ਹੁਣ ਆਕੜ ਕਰਦੇ ਕੋਈ ਨੀ ਕਰਨ ਦਿੰਦੂ ਉਹਨਾਂ ਨੂੰ ਆਕੜ ਕੋਈ ਚੱਕਰ ਵਾਲੀ। ਇਹ ਰਿਪਲਾਈ ਕਿਹਨੂੰ ਕਰੀਏ? ਨਾ ਦੀਪ ਮਥਾੜੂ ਨੂੰ। ਦੀਪ ਮਥਾੜੂ ਸੋਚ ਕੇ ਜਾਈਏ ਦੇ ਘਰੇ ਜਾਣਾ ਤਾਂ ਪਹਿਲਾਂ ਨੂੰ ਪੁੱਛ ਲਈ ਵੀ ਤੂੰ ਰਿਪਲਾਈ ਅਤੇ ਅੱਧੇ ਇਹਨੇ ਤੈਨੂੰ ਕੀਤੇ ਜਾਂ ਕਿਸੇ ਹੋਰ ਨੂੰ ਕੀਤੇ ਆ। ਬਾਬੇ ਚੰਗਾ ਸਮਾਂ ਤਾਂ ਦੀਪ ਮਥਾੜੂ ਦਾ ਆਇਆ ਕਿਉਂਕਿ ਹੋਰ ਕਿਹਦਾ ਆਇਆ? ਕੁੱਤਿਆਂ ਦਾ ਆਇਆ ਸੱਚ। ਉਹ ਕੀ ਭੀੜ ਖਾਣ ਲੱਗ ਗਏ? ਅਤੇ ਮੇਰਾ ਭਰਾ ਮਨਦੀਪ ਭਰਾਵਾ ਮਿਲਣਾ ਤਾਂ ਹੈਗਾ ਜੀ ਸਾਰਿਆਂ ਨੇ, ਹਨਾ ਵੀ ਹਨਾ ਮਨ ਭਰਾਵਾ ਅੱਜ ਨਹੀਂ ਪੀ ਸਕ ਤੇਰਾ ਆਪਣੇ ਘਰ ਆ। ਉਹ ਤੋਂ ਤੂੰ ਹਨਾ ਤਾਂ ਕਰਾ ਲਾ, ਉਹਨੂੰ ਤੂੰ ਹਨਾ ਆਖਿਆ, ਉਹਨੇ ਆਏ ਤਾਂ ਕੀਤਾ ਨਹੀਂ ਕੋਈ। ਉਹ ਤਾਂ ਆਪਦਾ ਕੀ ਗੋਪੀ ਬਹੂ ਦੇਖੀ ਜਾਂਦੀ ਆ ਹਨਾ ਮਨ ਲੈਣੇ। ਹੁਣ ਮਿਲਣਾ ਯਾਦ ਆ ਗਿਆ, ਪਹਿਲਾਂ ਰਿਪਲਾਈ ਕਰਾਉਂਦਾ ਸੀ ਮੇਰੇ ਕੋਲ ਉਹਦੇ ਮੂੰਹੋਂ ਤਾਂ ਹਾਂ ਕਰਾ ਦੇ। ਚੱਲ ਕੋਈ ਨੀ, ਜੋ ਗੱਲਾਂ ਜੋ ਤੇ ਹੋਣੀਆਂ ਹੋਣੀਆਂ ਜੋ ਜੋ ਹੋਈਆਂ ਸੋ ਹੋਈਆਂ ਤੇ ਪਿਛਲੀਆਂ ਗੱਲਾਂ ਜੇ ਤੇ ਆਪਾਂ ਵਰਤਣਾ ਪਿਛਲੀਆਂ ਗੱਲਾਂ ਭੁੱਲ ਗਏ ਫਿਰ ਗਾਂ ਕਰਦੇ ਹਨਾ ਬਈ। ਕਿਹਨੂੰ ਹਨਾ ਕਹੀ ਜਾਂਦਾ? ਫੋਟੋਆਂ ਨੂੰ ਹਨਾ ਬਈ, ਇਕੱਲਾ ਹੀ ਲੱਗਿਆ ਪਾ ਹਨਾ ਬਈ। ਓਏ ਇਹ ਤਾਂ ਐਂ ਗੱਲਾਂ ਕਰਦਾ ਜਿਵੇਂ ਵੀਡੀਓ ਕਾਲ 'ਚ ਬੈਠਾ ਹੁੰਦਾ। ਤੇਰੇ ਵਲੌਗ 'ਤੇ ਵਿਊ ਕਿਵੇਂ ਆ ਜਾਂਦਾ? ਕੌਣ ਆ ਬੰਦਾ ਜਿਹੜਾ ਤੈਨੂੰ ਵੇਖ ਲੈਂਦਾ? ਕਰਦੇ ਹਨਾ ਬਈ, ਮੈਂ ਤਾਂ ਆਪ ਬੜਾ ਔਖਾ ਹੋਈ ਜਾਂਦਾ ਵੇਖ ਤੇ ਮਨਪ੍ਰੀਤ ਠੀਕ ਨਹੀਂ ਹੈਗੀ। ਹਾਂਜੀ ਦੱਸੋ ਗੱਲ, ਹੁਣ ਮੂੰਹ ਘੁਮਾਇਆ ਉਹਨੇ ਜਦੋਂ ਆਪਦੀ ਗੱਲ ਆਈ ਉਹਦੀ। ਦਾੜ ਬਹੁਤ ਦਰਦ ਤੇ ਰੋਟੀ ਵੀ ਨਹੀਂ ਚਾਹੀਦੀ। ਓਏ ਹੋਏ ਲੌਂਗ ਰੱਖ ਲਿਆ ਕਰੋ, ਜਾੜ ਤੇ ਦਰਦ ਹੁੰਦਾ। ਚਾਹ ਬਣਾਉਂਦੇ ਆ, ਇੱਕ ਤਸਲਾਵਾਂ ਵੀ ਦਿਓ ਇਹਨਾਂ ਨੂੰ ਤੋਂ, ਕਲੇਸ਼ ਵੀ ਪੈਂਦੇ ਆ ਜਿਹੜੇ ਇਦਾਂ ਦੇ ਹੈਗੇ ਇਨਸਾਨ। ਚੱਲ ਲੋਕ ਪਤਾ ਸਾਡੇ ਬਾਰੇ ਕੀ ਮਾੜਾ ਚੰਗਾ ਬੋਲਦੇ ਆ, ਲੋਕਾਂ ਘਰ ਕੋਈ ਚੱਕਰ ਨਹੀਂ ਵੀ ਬੋਲਣਾ ਬੋਲੋ ਉਹਨਾਂ ਦੀ ਮਰਜ਼ੀ, ਕੋਈ ਚੱਕਰ ਵਾਲੀ ਗੱਲ ਨਹੀਂ। ਜੇ ਤੂੰ ਗੱਲ ਕਰਨੀ ਆਰਾਮ ਨਾਲ ਬਹਿ ਕੇ ਕਰਿਆ ਕਰ, ਜਿਵੇਂ ਅਸੀਂ ਬਹਿ ਕੇ ਆਰਾਮ ਨਾਲ ਬੋਲਦੇ ਹਾਂ, ਰਿਪਲਾਈ ਕਰਦੇ ਹਾਂ, ਇੱਥੇ ਬਹਿ ਕੇ ਇੱਥੇ ਸਾਰੀ ਗੱਲ ਕਰਦੇ ਹਾਂ, ਲੋਕਾਂ ਨੂੰ ਸੁਣਦੀ ਤਾਂ ਤੇਰੀ ਗੱਲ ਹੀ ਨਹੀਂ ਪਤਾ ਲੱਗਦੀ। ਕੀ ਮਾਰੇਗਾ ਬੱਲਾ ਮਾਰੇਗਾ ਉੱਤੋਂ ਸਿਰ ਚੋਂ ਦੇ ਜਿਹੜਾ ਬੋਲਦੇ ਆ, ਖੁਸ਼ ਰਹੋ ਸਾਰੇ ਜੇ ਉਹਨਾਂ ਦੀ ਮਰਜ਼ੀ ਆ। ਹੁਣ ਜੇ ਤੈਨੂੰ ਅਸੀਂ ਬੋਲੀ ਜਾਂਦੇ ਫਿਰ ਤੂੰ ਹੁਣ ਗਾਂ ਰਿਪਲਾਈ ਨਾ ਕਰੀ, ਕੀ ਕਹੀ ਜਾਂਦਾ? ਕੋਲੰਬੀਆ ਤੋਂ ਆਇਆ ਲੱਗਦਾ ਮੈਨੂੰ ਤਾਂ ਇਹ ਸਾਰੇ ਨੇ ਬਸ ਦੈਟਸ ਇਟ ਤੇ ਦੈਟਸ ਇਟ ਓਕੇ ਦੈਟਸ ਇਟ ਦੈਟਸ ਇਟ। ਜਿੰਨੇ ਕੈਨੇਡਾ ਬੈਠੇ ਅੱਜ ਤੋਂ ਬਾਅਦ ਕਿਸੇ ਨੇ ਦੈਟਸ ਇਟ ਨਹੀਂ ਕਹਿਣਾ, ਦੈਟਸ ਇਟ ਦੈਟ ਇਟ ਗੱਟ ਆਊਟ। ਕੀ ਚਾਹੀਦਾ? ਇਹਦੀ ਉਹਦਾ ਭਰਾ ਹੀ ਹੈ ਦੈਟਸ ਇਟ। ਤੂੰ ਬਾਹਰ ਜਾਣਾ, ਤੂੰ ਵੀ ਆਈਲੈਟਸ ਕੀਤੀ ਹੈ, ਤੂੰ ਤੈਨੂੰ ਅੰਗਰੇਜ਼ੀ ਦਾ ਵਰਡ ਕਿਵੇਂ ਆਇਆ? ਦੈਟਸ ਇਟ ਦੈਟਸ ਇਟ ਯਾ ਦੱਸ ਗਾ ਦੱਸ ਗਾ ਯਾ ਹਮਾ ਹਮਾ ਬ੍ਰਾਊਨ ਬੋਏ ਦੱਸ ਵਧੀਆ ਤੇ ਚਾਹ ਬਸ ਹੋ ਚੱਲੀ ਤਿਆਰ, ਇੱਕ ਸਾਡੇ ਹੋ ਹੀ ਗਈ ਚਾਹ ਤਿਆਰ, ਆਪਾਂ ਪਾ ਦਈਏ ਦੁੱਧ ਦੁੱਧ ਪਾਤਾ ਜੀ ਦੁੱਧ। ਮੈਨੂੰ ਲੱਗਾ ਪਤਾ ਨਹੀਂ ਕਿੱਡਾ ਕੁ ਭਾਰਾ ਕੁਛ ਸਮਾਨ ਪਾਇਆ ਨਾ, ਬਸ ਪਾਤੀ ਆ ਦੁੱਧ। ਉਹ ਭਰਾਵਾ ਹੁਣ ਤੇਰੀਆਂ ਪਹਿਲਾਂ ਘਰ ਵਾਲੀ ਦੀਆਂ ਰੋਟੀਆਂ ਬਣਦੀਆਂ ਵੇਖੀ, ਹੁਣ ਚਾਹ ਦੀਆਂ ਗੱਲਾਂ। ਕੋਈ ਰਿਪਲਾਈ ਕਰਨਾ ਕਰ, ਚੱਜ ਨਾ ਨਹੀਂ ਤਾਂ ਚੱਜ ਦਾ ਵਲੌਗ ਬਣਾਇਆ ਕਰ। ਉਹ ਮੁੰਡੇ ਕ੍ਰਿਕਟ ਖੇਡ ਕੇ ਮੁੜੇ ਕਿ ਨਹੀਂ ਮੁੜੇ ਹਜੇ ਤਾਈਂ? ਕੀ ਕੱਟ ਪੀਸ ਜੇ ਤਿਆਰ ਕਰੀ ਜਾਂਦਾ, ਇੰਨਾ ਤਾਂ ਕੱਪੜੇ ਚਕਾਨ ਨੇ ਜਿੰਨਾ ਵਲੌਗਾਂ 'ਚ ਪਾ ਰੱਖਿਆ ਤੂੰ। ਦੁੱਧ ਪਾਤਾ ਅੱਛਾ ਤੇ ਖੁਸ਼ ਰਹੋ ਤੇ ਹਾਂਜੀ ਖੁਸ਼ੀ ਆ ਚਾਹ ਪੀਣੀ ਲੜੀ ਲਓ ਜੀ। ਤੁਸੀਂ ਅੱਜ ਜਾਣਾ ਪੜਦੇ ਕਿੰਨੇ ਵਜੇ?
टाइम होया फिर टाइम कितना आया फिर बज गए तीन साढ़े चार हो चले आ चलो कल या परसों हो लाइव मठारू मनप्रीत दी चाह आ गई ए नाम मनप्रीत होना मनप्रीत ही बन गई बेचारी खुरकी है बाल्टी च लिया दे पाके मारदे गल्लां बातां करदे रहन दे असीं नहीं करनी तेरे नाल गल्लां बातां भरावा तेरे को समझ तां आंदा नहीं की गल्लां मारी जांदा तू तेरा ते दीप मथाड़ू दा कलेश सी ਤੁਸੀਂ ਇੱਕ ਦੂਜੇ ਨੂੰ ਰਿਪਲਾਈ ਕੀਤਾ ਉਹਨੇ ਤੇਰੇ ਭੇਤ ਬੜੇ ਖੋਲ੍ਹੇ ਹੁਣ ਤੁਸੀਂ ਆਪਸ 'ਚ ਮਿਲਣਾ ਚਾਹੁੰਦੇ ਹੋ ਲੋੜ ਤੈਨੂੰ ਆ ਜਾਂ ਉਹਨੂੰ ਆ ਇੱਕ ਤਾਂ ਨਾ ਮਾਨੀ ਯਾਦ ਹੀ ਕਰਨ ਬਹਿ ਨਹੀਂ ਹਿਚਕੀਆਂ ਆਈ ਨੇ ਦੱਸ ਫਿਰ ਠੀਕ ਹੈ ਲੋੜ ਤੈਨੂੰ ਜਾਂ ਉਹਨੂੰ ਚੱਲ ਜੋ ਤੁਹਾਡੇ ਹੱਥ ਵਸ ਆ ਉਹ ਠੀਕ ਹੈ ਪਰ ਹੁਣ ਤੂੰ ਜਿਹੜਾ ਰਿਪਲਾਈ ਕੀਤਾ ਕੁੱਤਿਆਂ ਵਾਲਾ ਦੀਪ ਮਥਾੜੂ ਦੀ ਥੰਬਨੇਲ 'ਚ ਫੋਟੋ ਲਾਈ ਹੈ ਹੁਣ ਤੂੰ ਉਹਨੂੰ ਰਿਪਲਾਈ ਕੀਤਾ ਜਾਂ ਕਿਸੇ ਹੋਰ ਨੂੰ ਕੀਤਾ ਜੇ ਕਿਸੇ ਹੋਰ ਨੂੰ ਕੀਤਾ ਤਾਂ ਉਹ ਹੈ ਕੌਣ ਦੱਸਣਾ ਕਲੈਰਿਟੀ ਨਹੀਂ ਹੈ ਤੇਰੀ ਗੱਲ 'ਚ ਤਾਂ ਚਾਹ ਪਾਉਣੀ ਨਾ ਛਾਣ ਕੇ ਵਲੌਗ ਬਣਾਇਆ ਕਰ ਝਾ ਹੀ ਛਾਣੀ ਜਾਊ ਕੱਲਾ ਇਹ ਤਾਂ ਵਲੌਗ ਛਾਣੇ ਨਾ ਸਾਰਾ ਚਾਹ ਪਾਉਣੀ ਚ ਰਹਿ ਜੇ ਇੰਨਾ ਗਾੜਾ ਬਿਸਕੁਟ ਇਹਨੂੰ ਆ ਚਾਹੀਦੇ ਹੁੰਦੇ ਕੋਈ ਨਹੀਂ ਤੇ ਮੈਂ ਤਾਂ ਖਾਣਾ ਨਹੀਂ ਇਹ ਬਿਸਕੁਟ ਮੈਂ ਬਹੁਤ ਘੱਟ ਖਾਣਾ ਹੋਰ ਕੀ ਖਾਣਾ ਖਾਣਾ ਤੂੰ ਨਾ ਇੱਕ ਪਸਾਦਾ ਛਾਣਾ ਆਪਣੀ ਛੋਣੀ ਮੋਣੀ ਛੋਣਾ ਮੋਣ ਤਾਂ ਤੂੰ ਤਾਂ ਨਾ ਛੋਣਾ ਮੋਣ ਛੋਣਾ ਮੋਣ ਇਹ ਕਪਲਾਂ 'ਚ ਕੀ ਆ ਨਾ ਯਾਰ ਤੁਹਾਡੇ ਹਿਸਾਬ ਨਾਲ ਸਹੀ ਹੈ ਇਹਨਾਂ ਦੇ ਕੱਲ੍ਹ ਨੂੰ ਜਵਾਕ ਹੋਣਗੇ ਵੇਖਣਗੇ ਸਾਡੇ ਮੰਮੀ ਡੈਡੀ ਕਿਵੇਂ ਰਿਪਲਾਈ ਕਰਦੇ ਫਿਰਦੇ ਸੀ ਜਾਂ ਕਿਵੇਂ ਹੁਣ ਮੰਨ ਲਓ ਗੁਰਲਾਲ ਬਾਬੇ ਦਾ ਜਵਾਕ ਉਹਦੀ ਕੁੜੀ ਵੱਡੀ ਹੋਊਗੀ ਕੱਲ੍ਹ ਨੂੰ 10 ਸਾਲਾਂ ਦੀ ਹੋਊਗੀ ਵੇਖੋਗੀ ਮੇਰੇ ਘਰ ਦੇ ਕੀ ਲੱਛਣ ਖਿਲਾਰਦੇ ਸੀਗੇ ਤੁਸੀਂ ਆਪਦੀ ਇਮੇਜ ਹੀ ਉੱਦਾਂ ਦੀ ਬਣਾ ਕੇ ਚੱਲੋ ਨਾ ਤੁਹਾਡੇ ਜਵਾਕ ਨੂੰ ਪ੍ਰਾਊਡ ਹੋਵੇ ਤੁਸੀਂ ਗੁੜਤੀ ਦੇਣ ਜੋਗੇ ਨੇ ਆਪਦੇ ਜਵਾਕ ਨੂੰ ਚਾਚਿਆਂ ਤਾਇਆਂ ਤੋਂ ਕੋਲ ਹੋਰ ਹੀ ਕੋਈ ਸੱਦ ਲੈਂਦੇ ਕਈ ਤਾਂ ਬਾਹਰਲੇ ਬੰਦੇ ਸੱਦ ਲੈਂਦੇ ਗੁੜਤੀ ਦੇ ਯਾਰ ਇਹਨੂੰ ਅਸੀਂ ਤਾਂ ਸਾਡਾ ਟੱਬਰ ਸਾਰਾ ਹੀ ਕੌਲਿਆਂ ਦਾ ਤੂੰ ਦੇ ਦੇ ਭਰਾਵਾ ਤੁਹਾਡੇ ਵਾਲੇ ਬਸ ਸਹੀ ਹੈ ਕੰਮ ਚਲੋ ਦੱਸ ਲੈ ਉਹਦੀ ਪਰਵਰਿਸ਼ ਹੀ ਵਧੀਆ ਕਰੋ ਜਵਾਕ ਦੀ ਕੀ ਸਰ ਤੁਹਾਡੀ ਜਨਾਨੀ ਦੇ ਵਲੌਗ ਪਾਉਣੇ ਚੰਗਾ ਕੰਮ ਥੋੜ੍ਹੀ ਹੈ ਜਦ ਤੂੰ ਰਿਪਲਾਈ ਕਰਿਆ ਕਰ ਜਾਂ ਤੂੰ ਰੋਇਆ ਨਾ ਕਰ ਹੁਣ ਅਸੀਂ ਖੁਸ਼ ਹਾਂ ਸਾਰੇ ਜਣੇ ਤੈਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਤੂੰ ਨਾ ਬੋਲੀ ਹੁਣ ਜਾ ਕੇ ਪਾ ਦੀਪ ਮਸਾਲੂ ਜੱਫੀ ਪਾਲਾ ਜਿਹੜੀ ਪਾਣੀ ਹੈ ਜਾ ਕੇ ਅਤੇ ਜਿਹੜੇ ਕੁੱਤੇ ਆ ਇਹਨਾਂ ਨੂੰ ਸਾਈਡ 'ਤੇ ਕਰ ਦੇ ਕੁੱਤਿਆਂ ਨੂੰ ਰਿਪਲਾਈ ਉਹ ਪਹਿਲਾਂ ਬੰਦਿਆਂ ਨਾਲ ਤਾਂ ਲੜ ਲਓ ਉਹ ਵੀ ਵਿੱਚ ਵਾੜ ਲਓ ਜਾਨਵਰ ਵਿਚਾਰਾ ਆਉਂਦਾ ਹੋਊਗਾ ਯਾਰ ਸਾਨੂੰ ਤਾਂ ਯੂਟਿਊਬ ਦਾ ਪਤਾ ਵੀ ਨਹੀਂ ਕਿੱਧਰ ਸਾਨੂੰ ਵਾੜੀ ਜਾਂਦੇ ਸੋ ਓਕੇ ਜੀ ਬਾਏ ਬਾਏ ਮਿਲਦੇ ਹਾਂ ਫਿਰ ਇਹ ਗੱਲਾਂ ਬਾਤਾਂ ਦਾ ਰੋਮਾਂਚਿਕ ਪ੍ਰੋਗਰਾਮ ਦੇ ਵਿੱਚ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਇੰਸਟਾ ਸਨੈਪਚੈਟ 'ਤੇ ਅੱਗੇ ਜਾ ਕੇ ਮੈਨੂੰ ਐਡ ਕਰ ਲਿਓ ਯਾਰ ਸੋ ਬੋਰ ਵਿਚਾਰੇ ਨਾਲ ਬਲ ਥੱਕਾ ਹੋਇਆ ਘਰੇ ਆ ਕੇ ਘਰੇ ਖਾ ਕੇ ਵੀ ਲੋਕ ਗਾਲਾਂ ਕੱਢ ਗਏ ਇਹਨੂੰ ਤਾਂ ਵਿਚਾਰੇ ਨੂੰ ਆ ਸੋ ਸੈਡ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਅਤੇ ਚੱਜ ਦੇ ਵਲੌਗ ਪਾਇਆ ਕਰੋ ਜਿਹੜੇ ਕੱਪਲ ਵਲੌਗਰ ਹੈਗੇ ਆ ਦੀਪ ਮਥਾੜੂ ਤਾਂ ਦੱਸ ਉਹਦੀ ਘਰ ਵਾਲੀ ਤੁਹਾਨੂੰ ਪਤਾ ਹੀ ਕੀ ਕਰੀ ਜਾਂਦੀ ਬਿਮਾਰ ਹੋਈ ਫਿਰ ਤੇ ਉਹਦੇ ਵਲੌਗ ਪਾਈ ਜਾਂਦਾ ਟੀਕਾ ਲਵਾਉਣ ਲੈ ਕੇ ਚੱਲੇ ਹਾਂ ਜੀ ਘਰੇ ਆਇਆ ਮੰਮੀ ਨੂੰ ਲੈ ਜਾਂਦਾ ਸਮਝ ਨਹੀਂ ਆਉਂਦਾ ਫਿਰ ਡਾਕਟਰ ਨਾਲ ਹੀ ਸੌਦਾ ਕੀਤਾ ਸੀ ਆਈ ਆਉਂਦੇ ਜਾਂਦੇ ਰਹਾਂਗੇ ਇੱਕ ਬੈੱਡ ਸਾਡਾ ਬੁੱਕ ਹੀ ਕਰ ਦੇ ਤੂੰ ਆ ਐਵੇਂ 700-800 ਰੁਪਏ ਪੈਂਦਾ ਦਿਹਾੜੀ ਦਾ ਤੂੰ ਮਹੀਨੇ ਦਾ ਇਕੱਠਾ ਮੁਕਾ 5000 ਰੁਪਏ ਸਾਡੇ ਨਾਲ ਜਦੋਂ ਸਾਡਾ ਜੀ ਕੋਲ ਇੱਥੇ ਕੇ ਪੈ ਜਾ ਕਰਾਂਗੇ ਚਲੋ ਸਬਸਕ੍ਰਾਈਬ ਕਰ ਦੇ ਚੈਨਲ ਨੂੰ ਇੰਸਟਾ ਸਨੈਪਚੈਟ 'ਤੇ ਐਡ ਕਰ ਲਿਓ ਬਾਕੀ ਬਾਏ ਬਾਏ ਆ ਗਲੀਆਂ ਦੀ ਨੌਲੇਜ ਬਥੇਰੀ ਜੱਟ ਨੂੰ ਨਹੀਂ ਹਾਲੇ ਲਿਖਦਾ ਨਹੀਂ ਗਾਣੇ ਮੈਂ ਕਿਤਾਬਾਂ।